ਪ੍ਰਧਾਨ ਜੀ ਕੀ ਤਿਆਰੀ ਕੀਤੀ ਗਈ ਹੈ ਜੀ? ਆਹ ਜਿਹੜਾ ਆਹ ਦੇਖ ਸਕਦੇ ਹੋ ਕਿ ਰਹਿਣ ਸਬੇਰਾ ਜਿਹੜਾ ਕਿ ਰੱਖਿਆ ਗਿਆ ਵਾ, ਹਾਂਜੀ ਹਾਂਜੀ, ਇਹ ਕੀ ਤਿਆਰੀ ਕੀਤੀ ਗਈ ਹੈ ਜੀ? ਇਹਦੇ ਵਿੱਚ ਜੀ ਸਾਡਾ 6-6 ਮਹੀਨੇ ਦਾ ਰਾਸ਼ਨ ਵਾ, ਟਰਾਲੀ ਇੱਕ ਪਿੱਛੇ ਵੀ ਹੈ ਸਾਡੀ, ਬਾਕੀ ਸਾਡਾ ਰਹਿਣ ਬਸੇਰਾ, ਅਸੀਂ ਆਪਣਾ ਪੂਰਾ ਸਾਜੋ ਸਮਾਨ ਜਿਹੜਾ ਲੈ ਕੇ ਆਏ ਹਾਂ, ਜਿੰਨਾ ਚਿਰ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਜਿਹੜੀਆਂ ਪਹਿਲੀਆਂ ਅਤੇ ਕੁਛ ਹੋਣ ਜਿਹੜੀਆਂ ਨਾਲ ਜੁੜੀਆਂ ਵਾ, ਜਿੰਨਾ ਚਿਰ ਤੱਕ ਮੋਦੀ ਸਰਕਾਰ ਸਾਡੀਆਂ ਪੂਰੀਆਂ ਨਹੀਂ ਕਰਦੇ ਅਸੀਂ ਵਾਪਸ ਨਹੀਂ ਜਾਵਾਂਗੇ, ਅੱਗੇ ਨੂੰ ਜਾਵਾਂਗੇ ਦਿੱਲੀ ਨੂੰ। ਭਾਂਡੇ ਭੁੰਡੇ ਆਪਣੇ ਲੈ ਕੇ? ਬਿਲਕੁਲ ਜੀ ਬਿਲਕੁਲ, ਹੋਣੇ ਰਾਸ਼ਨ ਪਾਣੀ ਹੋਣੇ, ਚਾਹ ਤਿਆਰ ਕੀਤੀ ਸੀਗੀ, ਚਾਹ ਵਾ ਹੁਣ, ਬਾਕੀ ਸਬਜ਼ੀ ਭਾਜਾ ਤਿਆਰ ਕਰਾਂਗੇ, ਪ੍ਰਸ਼ਾਦਾ ਪਾਣੀ ਤਿਆਰ ਹੋਏਗਾ, ਲੱਗਦਾ ਕਿ ਪ੍ਰਸ਼ਾਦਾ ਖਾ ਕੇ ਫਿਰ ਅੱਗੇ ਚਾਲੇ ਪਾਈ ਜਾਣ। ਬਿਲਕੁਲ ਜੀ ਬਿਲਕੁਲ ਜੀ, ਭੁੱਖੇ ਢਿੱਡ ਥੋੜੀ ਤੁਰਿਆ ਜਾਂਦਾ। ਹਾਂਜੀ ਦੇਖੋ, ਆਲੂਆਂ ਦੇ ਪਰੌਂਠੇ ਬਣਾਉਣ ਵਾਸਤੇ ਤਿਆਰੀ, ਬਿਲਕੁਲ ਮਟਰ ਆ, ਮਟਰਾਂ ਦਾ ਬੋਰਾ ਪਿਆ ਵਾ, ਉਹ ਹਰੇ ਹਰੇ ਮਟਰ ਪਏ ਆ, ਆਲੂਆਂ ਦਾ ਬੋਰਾ ਪਿਆ ਵਾ, ਦਾਲਾਂ ਪਈਆਂ ਵਾ, ਸੁੱਕਾ ਦੁੱਧ ਪਿਆ ਵਾ, ਗੰਢੇ ਘਰ ਦੀ ਖੇਤੀ ਆ, ਜਦੋਂ ਘਰ ਦੀ ਖੇਤੀ ਆ ਜੀ, ਬਿਲਕੁਲ ਜੀ ਬਿਲਕੁਲ, ਆਪਣਾ ਰਾਸ਼ਨ ਲੈ ਕੇ ਆਏ ਆ, ਬਸਰਤੇ ਲੰਗਰ ਵੀ ਬਹੁਤ ਲੱਗੇ ਆ, ਪਰ ਫਿਰ ਵੀ ਸਾਨੂੰ ਕਦੇ ਔਂਕੜੇ ਇਹੋ ਜਿਹੀ ਆ ਸਕਦੀ ਆ ਵੀ ਲੰਗਰ ਨਾ ਬਣਨ, ਵੇਲੇ ਕਵੇਲੇ ਵਾਸਤੇ ਅਸੀਂ ਆਪਣਾ ਜਿਹੜਾ ਸਾਰਾ ਪ੍ਰਬੰਧ ਕੀਤਾ ਹੋਇਆ। ਕਹਿੰਦੇ ਕਿ ਜਿਹੜੇ ਲਾਂਭਲੇ ਪਿੰਡਾਂ ਵਾਲੇ ਹੈਗੇ ਉਹ ਬਹੁਤ ਲੰਗਰ ਲਿਆਉਂਦੇ ਪਏ ਆ ਜੀ ਕਿਸਾਨਾਂ ਵਾਸਤੇ? ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ, ਬਹੁਤ 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 ਲਾਗ ਲਾਗ ਪਿੰਡਾਂ ਦੇ, ਕਿਉਂਕਿ ਅਜੇ ਪੰਜਾਬ ਆ, ਹੋ ਸਕਦਾ ਵਾ, ਮਤਲਬ ਹੋ ਸਕਦਾ ਵਾ ਵੀ ਅੱਗੇ ਸਾਨੂੰ ਅਜੇ ਕੋਈ ਦਿੱਕਤ ਆਵੇ, ਲੇਕਿਨ ਬਾਕੀ ਅਜੇ ਸਾਨੂੰ ਕੋਈ ਪਰੇਸ਼ਾਨੀ ਨਹੀਂ, ਇੱਥੋਂ ਤੱਕ ਕੋਈ ਪਰੇਸ਼ਾਨੀ ਨਹੀਂ ਹੋਈ। ਕਹਿੰਦੇ ਜਿੰਨੇ ਕਿਸਾਨ ਹੈਗੇ ਸਾਰਿਆਂ ਕੋਲ ਆ ਬਰੂਦ ਪਏ, ਸਾਰਿਆਂ ਨੇ ਆਪਣੇ ਨਿਸ਼ਾਨੀ ਦੇ ਤੌਰ ਤੇ ਰੱਖੇ ਸਾਰੇ। ਬਿਲਕੁਲ ਜੀ, ਅਸੀਂ ਨਿਸ਼ਾਨੀ ਅੱਗੇ ਵੀ ਲੈ ਕੇ ਆਏ, ਪਿਛਲੇ ਟੈਸਟ ਜਦੋਂ ਹੋਇਆ ਸੀ 2020 ਦੇ ਵਿੱਚ, ਉਹ ਵੀ ਸਾਡੇ ਕੋਲ ਉਦੋਂ ਦੇ ਪਏ ਆ, ਅਣਚੱਲੇ ਜਿਨ੍ਹਾਂ ਦੀ ਐਕਸਪਾਇਰੀ ਡੇਟ ਹੋਈ ਆ ਉਹ ਸਾਡੇ ਤੇ ਚਲਾਏ ਜਾ ਰਹੇ ਆ, ਕਿਉਂਕਿ ਸਾਨੂੰ ਤੇ ਇੱਥੇ ਇਹਨਾਂ ਨੇ ਪਾਕਿਸਤਾਨ ਵਾਲੇ ਸਮਝਿਆ, ਜੇ ਕਿਤੇ ਸਰਕਾਰਾਂ ਜਿਹੜੀਆਂ ਵਾ ਜਿੰਨਾ ਇੱਥੇ ਬਾਰਡਰ ਸੀਲ ਕੀਤਾ ਵਾ, ਜੇ ਕਿਤੇ ਆਪਣਾ ਬਾਰਡਰ ਜਿਹੜਾ ਵਾ, ਜਿਹੜਾ ਬਾਰਡਰ ਆਪਣਾ ਪਾਕਿਸਤਾਨ ਦਾ ਕਿਤੇ ਸੀਲ ਕੀਤਾ ਹੋਵੇ, ਤੇ ਸਾਡੇ ਜਿਹੜੇ ਨੌਜਵਾਨ ਜਿਹੜਾ ਨਸ਼ਾ ਬਾਹਰੋਂ ਇੱਦਾਂ ਆ ਰਿਹਾ ਵਾ, ਉਹ ਸ਼ਾਇਦ ਸਾਡਾ ਜਿਹੜਾ ਵਾ ਨੌਜਵਾਨ ਜਿਹੜਾ ਬਚ ਜਾਵੇ। ਹਾਂਜੀ, ਵੱਧ ਸਕਦਾ, ਲੱਗਦਾ ਕਿ ਇੱਕ ਪਾਸੇ ਨਾਰਾ ਲਾਇਆ ਜਾਂਦਾ ਜੈ ਜਵਾਨ ਜੈ ਕਿਸਾਨ, ਕਿਸਾਨ ਨੂੰ ਅੰਧਾ ਤਾਂ ਗਿਆ ਪਰ ਅੰਧਾ ਤਾਂ ਆਪਣੇ ਹੱਕਾਂ ਵਾਸਤੇ ਸੜਕਾਂ ਤੇ ਲੜ ਰਿਹਾ। ਬਿਲਕੁਲ ਜੀ, ਆਹ ਵੇਖੋ ਤੁਸੀਂ ਵੇਖ ਸਕਦੇ ਆ ਕਿ ਜੇ ਸਾਡੇ ਹੱਕ ਸਾਨੂੰ ਪ੍ਰੋਪਰ ਮਿਲਦੇ ਰਹਿਣ, ਫਸਲਾਂ ਦੀ ਸਾਨੂੰ ਜਿਹੜੀ ਖਰੀਦ ਗਰੰਟੀ ਜਿਹੜੀ ਦਿੱਤੀ ਜਾਵੇ, ਤੇ ਅਸੀਂ ਜਿਹੜਾ ਵਾ ਸਾਨੂੰ ਕੀ ਲੋੜ ਪਈ ਆ ਸੜਕਾਂ ਦੇ ਉੱਤੇ ਰੋਲਣ ਦੀ। ਆਹ ਵੇਖੋ ਤੁਸੀਂ ਵੇਖ ਸਕਦੇ ਆ, ਰਾਤ ਅਸੀਂ ਅੱਜ ਸਾਨੂੰ 3 ਦਿਨ ਹੋ ਗਏ, 11 ਤਰੀਕ ਦੇ ਅਸੀਂ ਚੱਲੇ ਹੋਏ ਹਾਂ, ਤੇ ਸਾਡਾ ਦਿਲ ਥੋੜੀ ਕਰਦਾ। ਤੁਸੀਂ ਤੇ ਮੋਰਚੇ ਤੇ ਚਲੋ ਪਹੁੰਚੇ ਹੋਏ ਆਪਣੇ ਹੱਕ ਲੈਣਾ, ਫਿਰ ਪਿੱਛੇ ਜਿਹਦਾ ਖੇਤੀ ਦਾ ਕੰਮ ਉਹ ਕਿੱਦਾਂ, ਫਿਰ ਕੌਣ ਦੇਖ ਰਿਹਾ ਪਿੱਛੇ? ਵੇਖੋ ਜੀ, ਉਹ ਸਾਡੇ ਪਿੱਛੇ ਭਰਾ ਹੈਗੇ ਆ, ਵਾਰੀ ਵਾਰੀ ਅਸੀਂ ਆ ਰਹੇ ਹਾਂ, ਬਾਕੀ ਜਿੱਦਣ 2-4 ਦਿਨ 10 ਦਿਨ ਜਿੰਨੇ ਵੀ ਦਿਨ 15 ਦਿਨ 20 ਦਿਨ ਜਿੰਨਾ ਲਾਵਾਂਗੇ ਸ਼ਿਫਟ ਕਰ ਦਾਂਗੇ ਸਾਡੇ ਦੂਸਰੇ ਪਿੰਡ ਦੇ ਵਿੱਚੋਂ, ਜਿਸ ਤਰ੍ਹਾਂ ਅਸੀਂ 15 ਕੁ ਬੰਦੇ ਆਏ ਹਾਂ ਇੱਕ ਪਿੰਡ ਦੇ ਵਿੱਚੋਂ, ਕਿਸੇ 'ਚੋਂ 10 ਆਏ ਆ, ਕਿਸੇ 'ਚੋਂ 15 ਆਏ, ਕਿਸੇ 'ਚੋਂ 20 ਆਏ ਆ, ਅਤੇ ਉਹ ਮਤਲਬ ਕਿ ਵਾਰੀ ਨਾਲ ਚੱਲ ਜਾਣਗੇ, ਉਹ ਆ ਜਾਣਗੇ, ਅਸੀਂ ਚੱਲ ਜਾਵਾਂਗੇ, ਅੱਗੇ ਟਰਾਲੀਆਂ ਰਹਿਣਗੀਆਂ ਪੱਕੀਆਂ। ਬੜਾ ਵੱਡਾ ਕਾਫਲਾ ਜਿਹੜਾ ਇਹ ਪਹੁੰਚ ਰਿਹਾ ਜੀ? ਹਾਂਜੀ ਹਾਂਜੀ, ਬਹੁਤ ਵੱਡਾ ਜੀ, ਬਹੁਤ ਵੱਡਾ, ਬਹੁਤ ਵੱਡਾ ਕਾਫਲਾ ਜੀ, ਅਤੇ ਆ ਰਹੇ ਆ ਸਾਡੇ ਨੌਜਵਾਨ, ਬਹੁਤ ਆ ਰਿਹਾ ਜੀ। ਅੱਜ ਤੁਸੀਂ ਵੇਖੋ, ਅੱਜ ਕੁਛ ਹੋਰ ਹੀ ਅਤੇ ਹੋਰ ਤਾਂ ਹੋਰ ਰੰਗ ਹੋਏਗਾ। ਹਾਂਜੀ ਬਿਲਕੁਲ ਜੀ, ਹੋਰ ਵੀ ਪ੍ਰਧਾਨ ਸਾਹਿਬ ਪਹੁੰਚੇ ਹੋਏ ਨੇ, ਗੱਲਬਾਤ ਕਰ। ਪ੍ਰਧਾਨ ਜੀ ਕਿੱਦਾਂ ਦੇਖ ਰਹੇ ਹੋ, ਕੀ ਕੀ ਤਿਆਰੀ ਕੀਤੀ ਗਈ, ਕੀ ਰਣਨੀਤੀ ਤਿਆਰ ਕੀਤੀ ਗਈ? ਤਿਆਰੀ ਜਿਹੜੀ ਫੁੱਲ ਸਾਡੀ ਤਿਆਰੀ ਆ, ਅਸੀਂ ਪਹਿਲਾਂ ਵੀ ਤਿਆਰੀ ਕਰਕੇ ਆਏ ਹਾਂ, ਜਿਹੜਾ ਕੱਲ੍ਹ ਨੌਜਵਾਨਾਂ ਨਾਲ ਇਹਨਾਂ ਦੇ ਬਹਿਰਿਆ ਤੋੜਿਆ, ਬਹੁਤ ਵੱਡੀ ਇਹਨਾਂ ਦੇ ਚਪੇੜ ਵਾ, ਗਿਰੀਆਂ ਸਰਕਾਰਾਂ, ਬੁੱਚੜ ਸਰਕਾਰਾਂ ਵਾ, ਨਿਕੰਮੀਆਂ ਸਰਕਾਰਾਂ ਵਾ, ਇਹ ਸਾਨੂੰ ਕਹਿੰਦੇ ਅੱਤਵਾਦੀ ਆ, ਅਸੀਂ ਅੱਤਵਾਦੀ ਨਹੀਂ, ਅਸੀਂ ਭਾਰਤ ਦੇਸ਼ ਦੇ ਲੋਕ ਵਾ, ਪਰ ਜੇ ਇਹਨਾਂ ਨੂੰ ਨਹੀਂ ਚੰਗਾ ਲੱਗਦਾ ਉੱਧਰੋਂ ਤਾਰ ਲਾਈ ਨਾ ਪਾਕਿਸਤਾਨ ਵੱਲ, ਇੱਧਰੋਂ ਹੀ ਤਾਰਾਂ ਲਾ ਤੀਆਂ, ਕਿਤੇ ਸਾਨੂੰ ਵੱਖਰੇ ਦੇ ਕਰਕੇ ਵੇਖਣਾ, ਜਿੱਦਣ ਹਿੰਦੁਸਤਾਨ ਦੇ ਬਾਰਡਰਾਂ ਤੋਂ ਫੌਜ ਆ ਗਈ ਨਾ ਚਾਈਨਾ ਵਾਲਿਆਂ, ਇਹਨਾਂ ਨੇ ਮਾਰ ਮਾਰ ਚਪੇੜਾਂ ਅਤੇ ਸਾਰਾ ਕਬਜ਼ਾ ਕਰ ਲੈਣਾ ਵਾ, ਉਹ ਸਿੱਖ ਹੀ ਆ ਫੌਜ ਆ ਜਿਹਨੇ ਨੱਥ ਪਾ ਕੇ ਰੱਖੀ ਬਾਰਡਰਾਂ 'ਤੇ, ਫਿਰ ਇਹਨੂੰ ਅਸੀਂ ਖੱਟ ਨੂੰ ਕਹਿੰਦੇ ਹਾਂ ਖੱਟਰਾ, ਹੁਣ ਫਿਰ ਤੇਰੇ ਕੋਲ ਟਾਈਮ ਹੈਗਾ ਜੀ, ਜਿੰਨੇ ਮਰਜ਼ੀ ਬੈਰੀਅਰ ਲਾ ਲਾ, ਜਿੰਨੇ ਮਰਜ਼ੀ ਕਿਸਾਨ ਕੁੱਟ ਲਾ, ਜ਼ਖਮੀ ਕਰ ਲਾ, ਤੇਰੀਆਂ ਜੜ੍ਹਾਂ ਪੁੱਟ ਦਾਂਗੇ, ਤੇਰੀਆਂ ਮੂਲੀਆਂ ਪੁੱਟ ਦਾਂਗੇ, ਕਿਉਂਕਿ ਇਹ ਉਹ ਕੌਮ ਆ
ਜਿੱਥੇ ਗੁਰੂ ਗੋਬਿੰਦ ਸਾਹਿਬ ਨੇ ਆਪਣੇ ਚਾਰ ਬੱਚੇ ਵਾਰਤੇ, ਆਪਣਾ ਪਰਿਵਾਰ ਸਾਰਾ ਵਾਰਤਾ, ਆਪਣੇ ਹੱਕਾਂ ਦੀ ਲੜਾਈ ਵਾਸਤੇ ਜਿਹੜਾ ਵਾ ਪੂਰਾ ਪਰਿਵਾਰ ਵਾਰਤਾ ਸੀ ਉਹਨਾਂ ਦੇ ਅੰਸ਼ ਦੇ ਵਿੱਚ ਵਾ ਸੀ। ਕਦੇ ਵੀ ਸਾਡੀ ਕੌਮ ਜਿਹੜੀ ਆ ਅਸੀਂ ਹਾਰ ਮੰਨਣ ਵਾਲੇ ਨਹੀਂ ਗੇ। ਜਿੰਨੇ ਸਾਡੇ ਮਾਣਗੇ ਉਦੋਂ 10 ਗੁਣਾ ਫੇਰ ਇਹਨਾਂ ਨਾਲ ਫੇਰ ਪੈਦਾ ਹੋਣਗੇ, ਫੇਰ ਲੜਾਂਗੇ। ਜਿੰਨੇ ਮਰਜ਼ੀ ਮਾਰ ਲੈਣ, ਜਿੰਨੇ ਮਰਜ਼ੀ ਕੁੱਟ ਲੈਣ, ਇਹ ਜਿੱਤ ਗਏ ਫੇਰ ਅਸੀਂ ਦਿੱਲੀ ਵੜਾਂਗੇ। ਮੋਦੀ ਨੂੰ ਦੱਸ ਦੇਣਾ ਚਾਹੁੰਦੇ ਹਾਂ, ਮੋਦੀ ਤੂੰ ਵੀ ਆਪਣੀ ਤਿਆਰੀ ਕਰ ਲਾ, ਜਿੰਨੇ ਮਰਜ਼ੀ ਬੈਰੀਅਰ ਲਾ ਲਾ, ਕਿਉਂਕਿ ਤੇਰੇ ਬੈਰੀਅਰ ਦੌੜਾਂਗੇ। ਸਭ ਤੋਂ ਵਧੀਆ ਗੱਲ ਆ ਟੇਬਲ ਤੇ ਬਹਿ ਕੇ ਸਾਡੀਆਂ ਹੱਕੀ ਮੰਗਾਂ ਜਿਹੜੀਆਂ ਵਾ ਉਹ ਮੰਨ ਲੈਣਾ, ਫੇਰ ਅਸੀਂ ਆਪਣੇ ਘਰਾਂ ਨੂੰ ਚੱਲ ਜਾਂਗੇ ਵਾਪਸ। ਜਿੰਨਾ ਚਿਰ MSC ਤੇ ਗਰੰਟੀ ਨਹੀਂ ਕਰਦੇ, ਕਿਸਾਨਾਂ ਦਾ ਸਮੁੱਚਾ ਕਰਜ਼ਾ ਮਾਫ ਨਹੀਂ ਕਰਦੇ, ਲਖੀਨਪੁਰ ਖੀਰੀ ਦਾ ਜਿਹੜਾ ਵਾ ਕਾਂਡ ਅਜੇ ਮਿਸਰਾਂ ਨੂੰ ਜੇਲ੍ਹ 'ਚ ਨਹੀਂ ਸੁੱਟਦੇ, ਉਹਨਾਂ ਚਿਰ ਕਦੇ ਵੀ ਵਾਪਸ ਨਹੀਂ ਜਾਵਾਂਗੇ। ਘਰਾਂ ਦੇ ਵਿੱਚ ਮੰਜੇ ਖੜੇ ਕਰਕੇ ਆਏ ਹਾਂ, ਜੇ ਜਿੱਤ ਗਏ ਤੇ ਮੰਜੇ ਜਿਹੜੇ ਆ ਡਾਲਾਂਗੇ, ਜੇ ਨਾ ਜਿੱਤੇ ਤੇ ਫੇਰ ਇੱਥੇ ਸਾਡੀਆਂ ਲਾਸ਼ਾਂ ਵਿਛਾ ਕੇ ਘਰਾਂ ਨੂੰ ਚੱਲ ਜਾਣਾ, ਪਰ ਕਦੇ ਵੀ ਖਾਲੀ ਨਹੀਂ ਜਾਵਾਂਗੇ। ਸਰਕਾਰ ਨੂੰ ਦੱਸਣਾ ਚਾਹੁੰਦੇ ਆ ਤੁਹਾਡੀ ਬਹੁਤ ਬੇਇੱਜ਼ਤੀ ਹੋਣ ਡਈ ਆ, ਹਾਈ ਕੋਰਟ ਨੇ ਵੀ ਇਹਨਾਂ ਦੇ ਮੂੰਹ ਤੇ ਚਪੇੜ ਮਾਰੀ ਆ। ਸਾਨੂੰ ਇਹ ਪਤਾ ਲੱਗਾ ਬਾਹਰਲੇ ਮੁਲਕਾਂ ਚੋਂ ਟੈਲੀਫੋਨ ਆਉਣ ਡਿਆ, ਅਮਰੀਕਾ ਕੈਨੇਡਾ ਚੋਂ ਆਉਣ ਡਿਆ, ਸਾਰਾ ਵਰਲਡ ਜਿਹੜਾ ਵਾ ਲਾਂਹਦਾ ਪਾਉਣ ਡਿਆ ਮੋਦੀ ਸਰਕਾਰ ਨੂੰ। ਮੋਦੀ ਸਰਕਾਰ ਨੂੰ ਅਸੀਂ ਦੱਸ ਦੇਣਾ ਚਾਹੁੰਦੇ ਆ, ਉਹ ਮੋਦੀ ਤੂੰ ਕਿਹੜੇ ਬਾਗ ਦੀ ਮੂਲੀ ਆ, ਕਿਉਂਕਿ ਕਿਸਾਨ ਮਜ਼ਦੂਰ ਜੇ ਆਪਣੇ ਹਿੰਦੁਸਤਾਨ ਦੇ ਤੂੰ ਮਾਰਤੇ ਤੇ ਕਦ ਤੇ ਰਾਜ ਕਰੇਗਾ? ਫਿਰ ਇਹ ਨੀ ਅਬਾਨੀ ਡਾਨੀ ਉਹਨਾਂ ਨੇ ਤੈਨੂੰ ਬਚਾਉਣਾ ਵਾ, ਅਸੀਂ ਜੇ ਦਿੱਲੀ ਆ ਕੇ ਅਬਾਨੀ ਡਾਨੀ ਉਹਨਾਂ ਕੋਲ ਵੀ ਜਿਹੜਾ ਤੈਨੂੰ ਉਹਨਾਂ ਨੇ ਕੈਪਚਰ ਕੀਤਾ ਵਾ, ਰੈਸਟ ਕੀਤਾ ਵਾ, ਆਪਣੇ ਅੰਡਰ ਕੀਤਾ, ਤੈਨੂੰ ਵੀ ਯਾਦ ਕਰਾਵਾਂਗੇ ਅਸੀਂ। ਸਰਕਾਰਾਂ ਦਾ ਬੇੜਾ ਹੀ ਗਰਕਾ, ਇਹ ਸਰਕਾਰਾਂ ਕਰਦੀਆਂ ਕੀ?